ਜੱਸੀ ਨੂੰ ਮੈਂ ਟੋਪੀ ਜਾਈ ਵਾਲਾ ਫੜ ਲੈ ਲਾ, ਆਹ ਦਸਤਾਨੇ ਕਹਿੰਦੇ ਕੁਦਰਤ ਪੀਜਾ ਨੂੰ ਆਹ ਵੀ ਲੈ ਲਓ। ਮੈਂ ਕਹਿੰਦਾ ਕੋਈ ਸ਼ਰਮ ਕਰੋ, ਤੁਹਾਡੇ ਵਰਗਾ ਬੇਵਕੂ ਬੰਦਾ ਦੁਨੀਆ ਦੇ ਵਿੱਚ ਨਹੀਂ ਹੈਗਾ। ਜੀ ਕਿਹੜੀ ਗੱਲ ਤੁਹਾਨੂੰ ਗਲਤ ਲੱਗੀ ਜਿਸ ਕਾਰਨ ਤੁਸੀਂ ਜਿਹੜਾ ਹੈ ਉਹ ਵਿਰੋਧ ਕਰ? ਜੇ ਤੈਨੂੰ ਪਤਾ ਵਾ ਤਾਂ ਤੂੰ ਸਰਕਾਰ ਦੇ ਖਿਲਾਫ਼ ਤੂੰ ਬੋਲ ਨਹੀਂ ਸਕਦਾ। ਤੂੰ ਟਿੱਪਣੀ ਕਰਕੇ ਫੁਕਰਾ ਬੰਦਾ ਤੂੰ ਇੱਕ ਨੰਬਰ ਦਾ। ਤੂੰ ਜਿਹੜਾ ਕੁੜੀ ਕਿਹਾ ਗਾਣਾ ਗਾ ਸੀ ਦਿਲ ਲੈ ਗਈ ਕੁੜੀ ਗੁਜਰਾਤ ਦੀ, ਉਹ ਕੁੜੀਆਂ ਨੂੰ ਹਾਫ ਕੱਪੜੇ ਪਵਾ ਕੇ ਤੂੰ ਨੱਚਿਆ, ਇਹਦੀ ਔਕਾਤ ਹੈਗੀ? ਇਹਦੀ ਔਕਾਤ ਮੇਰੇ ਨਾਲ, ਮੇਰੀ ਜੁੱਤੀ ਜਿੰਨੀ ਔਕਾਤ ਨਹੀਂ, ਆਹ ਮੇਰੀ ਜੁੱਤੀ ਆ ਨਾ, ਆਪਣੇ ਸਿਰ ਤੇ ਰੱਖੇ ਨਾ, ਤਾਂ ਉਨੀ ਔਕਾਤ ਹੈ ਦੀ। ਤੂੰ ਨਕੋਦਰ ਦੇ ਵਿੱਚ ਨੇ, ਉਹ ਸਿਗਰਟਾਂ ਨੂੰ ਪ੍ਰਮੋਟ ਕਰਦੇ ਨੇ, ਇੱਕ ਇੱਕ ਖਾਤੇ ਵਿੱਚ 15-15 ਸਿਗਰਟਾਂ ਪੀਂਦੇ ਨੇ। ਆਪ ਨਹੀਂ ਕਹਿੰਦਾ ਪਰਚਾ ਕਟਾ ਕੇ ਦਿਖਾ, ਇਹ ਦੋਨੇ ਜਾਣੇ ਮੈਨੂੰ ਚੈਲੰਜ ਕਰਦੇ ਪਏ ਆ। ਉਹ ਜਿਹੜਾ ਵੀ ਲੀਡਰ ਹੈਗਾ ਮੈਨੂੰ ਪਤਾ 3 ਪਾਰਟੀਆਂ ਦੇ ਨਾਲ ਆ, ਵੱਡੇ ਵੱਡੇ ਕਲਾਕਾਰ ਸਾਰੇ ਸਿੰਗਰ ਉੱਥੇ ਗਾ ਕੇ ਜਾਂਦੇ ਆ ਸਾਰੇ। ਕਹਿੰਦਾ ਸਾਰੇ ਕਲਾਕਾਰਾਂ ਨੂੰ ਮੈਂ ਬੇਨਤੀ ਕਰਨਾ ਉੱਥੇ ਨਾ ਜਾਇਆ ਕਰੋ, ਵੀ ਤੂੰ ਸਿੰਗਰਾਂ ਦਾ ਸਾਲਾ ਲੱਗਦਾ ਬਾਂਦਰ ਜਾ। ਗੱਲ ਸਮਝ ਨਹੀਂ ਆ ਰਹੀ ਬਾਂਦਰ ਜਾ, ਕੀ ਇਹ ਕੋਈ ਪੋਲੀਟੀਕਲ ਵੈਂਡੇਟਾ ਤੇ ਕਰ ਰਹੇ ਆ? ਮੇਰੀ ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ, ਕਰਦੇ ਪਏ ਪੋਲੀਟੀਕਲ। ਬੀਤੇ ਕਈ ਦਿਨਾਂ ਤੋਂ ਪੰਜਾਬੀ ਸਿੰਗਰ ਜਸਵੀਰ ਜੱਸੀ ਵੱਲੋਂ ਕਈ ਵਿਵਾਦਿਤ ਬਿਆਨ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ, ਜਿਸ ਤੋਂ ਬਾਅਦ ਕਈ ਜਿਹੜੇ ਲੋਕ ਨੇ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਵਾ। ਇੱਕ ਵਿਵਾਦਿਤ ਬਿਆਨ ਇਹ ਸੋਸ਼ਲ ਮੀਡੀਆ ਦੇ ਉੱਤੇ ਇਸ ਵਕਤ ਚਰਚਾ ਦਾ ਵਿਸ਼ਾ ਬਣਿਆ ਹੈ, ਜਿਸ ਦੇ ਵਿੱਚ ਜਸਵੀਰ ਜੱਸੀ ਹੋਰਾਂ ਵੱਲੋਂ ਇੱਕ ਇੰਟਰਵਿਊ ਦਿੱਤੀ ਗਈ ਅਤੇ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਸਾਫ਼ ਜਿਹੜਾ ਹੈਗਾ ਬਾਬਾ ਮੁਰਾਦ ਸ਼ਾਹ ਦੇ ਉੱਪਰ ਗਲਤ ਟਿੱਪਣੀ ਜਿਹੜੀ ਹੈ ਉਹ ਕੀਤੀ ਹੈ, ਜਿਸ ਨੂੰ ਲੈ ਕੇ ਨੀਟੂ ਸ਼ਟਰਾ ਵਾਲੇ ਵੱਲੋਂ ਜਿਹੜਾ ਹੈ ਉਹ ਵਿਰੋਧ ਕੀਤਾ ਜਾ ਰਿਹਾ। ਗੱਲਬਾਤ ਅਸੀਂ ਕਰਾਂਗੇ। ਨੀਟੂ ਜੀ, ਕਿਹੜੀ ਗੱਲ ਤੁਹਾਨੂੰ ਗਲਤ ਲੱਗੀ ਜਿਸ ਕਾਰਨ ਤੁਸੀਂ ਜਿਹੜਾ ਹੈ ਉਹ ਵਿਰੋਧ ਕਰ ਰਹੇ ਹੈ? ਭਾਜੀ ਉਸ ਬੰਦੇ ਦੀ ਕੋਈ ਗੱਲ ਨਹੀਂ ਸੱਚੀ, ਸਭ ਝੂਠ ਮਾਰਦਾ ਡਿਫਾਲਟਰ ਬੰਦਾ ਹੈ। ਅਤੇ ਮੈਂ ਗੱਲ ਹੋਰ ਕਹਿਣਾ ਚਾਹੁੰਦਾ, ਸਭ ਤੋਂ ਪਹਿਲਾਂ ਮੈਂ ਰੱਬ ਦਾ ਨਾਮ ਲੂੰਗਾ ਜੀ, ਬਾਕੀ ਸਾਰੇ ਕੰਮ ਬਾਅਦ 'ਚ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ, ਜੈ ਭੀਮ ਜੈ ਭਾਰਤ, ਜੈ ਵਾਲਮੀਕਿ ਹਰ ਹਰ ਵਾਲਮੀਕਿ, ਜੈ ਭੀਮ ਜੈ ਭਾਰਤ, ਤਾਂ ਤੁਸੀਂ ਨਿਰੰਕਾਰ, ਮੈਂ ਤੇਰੀ ਸ਼ਰਨ ਹਾਂ, ਮੈਨੂੰ ਬਖਸ਼, ਅੱਲਾ ਤਾਲਾ ਸਭ ਨੂੰ ਖੁਸ਼ ਰੱਖੇ, ਜਕਾਰਾ ਮਾਂ ਚਿੰਤਪੁਰਨੀ ਜੀ ਦਾ ਬੋਲ, ਸੱਚੇ ਦਰਬਾਰ ਕੀ ਜੈ। ਗੱਲ ਭਾਜੀ ਇੱਦਾਂ ਦੇਖੋ, ਉਸ ਬੰਦੇ ਨੇ ਕਿਹਾ ਕਿ ਬਾਬਾ ਮੁਰਾਦ ਸ਼ਾਹ, ਬਾਬਾ ਲਾਡੀ ਸਾਈਂ ਸਰਕਾਰ ਔਰ ਬਾਪੂ ਲਾਲ ਬਾਦਸ਼ਾਹ ਸਰਕਾਰ, ਜਿੰਨੇ ਵੀ ਦਰਬਾਰ ਆ, ਸਾਰੇ ਇਹ ਨਸ਼ਿਆਂ ਦੇ ਅੱਡੇ ਆ। ਜੇ ਤੈਨੂੰ ਪਤਾ ਵਾ ਤਾਂ ਤੂੰ ਸਰਕਾਰ ਦੇ ਖਿਲਾਫ਼ ਤੂੰ ਬੋਲ ਨਹੀਂ ਸਕਦਾ। ਤੂੰ ਟਿੱਪਣੀ ਕਰਕੇ ਫੁਕਰਾ ਬੰਦਾ ਤੂੰ ਇੱਕ ਨੰਬਰ ਦਾ। ਤੂੰ ਜਿਹੜਾ ਕੁੜੀ ਕਿਹਾ ਗਾਣਾ ਗਾ ਸੀ ਦਿਲ ਲੈ ਗਈ ਕੁੜੀ ਗੁਜਰਾਤ ਦੀ, ਉਹ ਕੁੜੀਆਂ ਨੂੰ ਹਾਫ ਕੱਪੜੇ ਪਵਾ ਕੇ ਤੂੰ ਨੱਚਿਆ, ਆਪ ਉਹਦੇ ਨਾਲ ਪੰਜਾਬੀ ਕਲਚਰ 'ਚ ਤੂੰ ਕੀ ਬਿਆਨਬਾਜ਼ੀ ਕਰੂੰਗਾ? ਮੇਰਾ ਇੱਕ ਗਾਣਾ ਮਿਲੀਅਨ ਦੇ ਕਈ ਮਿਲੀਅਨ ਚੱਲ ਗਿਆ ਵਾ, ਉਹਦਾ 31 ਦਸੰਬਰ ਲੈ ਕੇ ਤੇਰਾ ਨੰਬਰ ਕੀਤੀ ਤੈਨੂੰ ਕਾਲ ਸੁਣਿਆ, ਮੇਰਾ ਗਾਣਾ ਵਾ ਮੀਕੇ ਭਾਜੀ ਉੱਤੇ ਮੈਂ ਲਿਖਿਆ ਸੀ ਗਾਣਾ ਵਾ। ਅਤੇ ਉਸ ਬੰਦੇ ਨੇ ਉਹਦੇ ਵਿੱਚ ਸੁਣ ਕੇ ਕਹਿੰਦਾ ਲੋਕ ਨੀਟੂ ਨੂੰ ਵੀ ਬਾਬਾ ਬਣਾਈ ਫਿਰਦੇ ਆ, ਨੀਟੂ ਵੀ ਬਾਬਾ ਬਾਬਾ ਕਰਦਾ, ਨੀਟੂ ਨੂੰ ਵੀ ਲੋਕ ਬਾਬਾ ਬਾਬਾ ਕਹੀ ਜਾਂਦੇ, ਉਹਦੇ ਗੀਤਾਂ ਨੂੰ ਪ੍ਰਮੋਟ ਕਰੀ ਜਾਂਦੇ। ਇਸ ਬੰਦੇ ਦੀ ਔਕਾਤ ਹੈਗੀ? ਮੈਨੂੰ ਇਸ ਬੰਦੇ ਨੂੰ ਇਹ ਪੁੱਛੋ ਵੀ ਕਿੰਨੇ ਕੁੜੀਆਂ ਦੇ ਵਿਆਹ ਦੇ ਵਿੱਚ ਕੋਈ ਦਾਨ ਦਿੱਤਾ? ਅੱਜ ਤੱਕ ਕਿਸੇ ਗਰੀਬ ਬੰਦੇ ਨੂੰ ਦਾਨ ਦਿੱਤਾ? ਭਾਜੀ ਅਸੀਂ ਜਰਾਬਾਂ ਜਾਂ ਕੋਟੀਆਂ ਜਾਂ ਕੋਈ ਵੰਡਿਆ, ਅੱਜ ਤੱਕ ਮੇਰੀ ਕੋਈ ਵੀਡੀਓ ਪੈਂਦੀ ਦਿਖਾ ਦਿਓ ਭਾਜੀ, ਕਦੀ ਨਹੀਂ ਪਾਈ। ਇਹ ਬੰਦਾ ਦੁੱਕੀ ਦਾ ਬੰਦਾ, ਡਿਫਾਲਟਰ ਬੰਦਾ, ਕੁੜੀਆਂ ਨੂੰ ਛੇੜਦਾ ਬੰਦਾ, ਇਹ ਉਹ ਬੰਦਾ ਸੈਕਸ ਵਾਲਾ ਬੰਦਾ ਵਾ, ਇਹਦੇ ਕਾਲਜ 'ਚ ਪਤਾ ਲੱਗਦਾ ਵਾ ਜਾ ਕੇ। ਇਹਦੀ ਔਕਾਤ ਹੈਗੀ? ਇਹਦੀ ਔਕਾਤ ਮੇਰੇ ਨਾਲ, ਮੇਰੀ ਜੁੱਤੀ ਜਿੰਨੀ ਔਕਾਤ ਨਹੀਂ, ਆਹ ਮੇਰੀ ਜੁੱਤੀ ਆ ਨਾ, ਮੇਰੀ ਜੁੱਤੀ ਆ, ਆਪਣੇ ਸਿਰ 'ਤੇ ਰੱਖੇ ਨਾ, ਤਾਂ ਉਨੀ ਔਕਾਤ ਹੈ ਇਹਦੀ, ਇਹਦੀ ਔਕਾਤ ਨਹੀਂ ਹੈਗੀ। ਅਤੇ ਮੈਂ ਇਹਨਾਂ ਨੂੰ ਅਤੇ ਕੂਲਰ ਪੀਜੇ ਵਾਲਿਆਂ ਨੂੰ, ਮੈਂ ਦੋਨਾਂ ਨੂੰ ਜੁੱਤੀ ਸਮਾਨ ਸਮਝਦਾ। ਨਾਮ ਲੈ ਕੇ ਦੱਸੋ ਕਿਹਨਾਂ ਨੂੰ ਤੁਸੀਂ ਕਹਿ ਰਹੇ ਹੋ? ਕੂਲਰ ਪੀਜ਼ਾ ਵਾਲੇ ਅਮਨ ਓੜਾ ਜਿਹੜਾ ਆਪਣਾ ਹੈਗਾ ਕੂਲਰ ਪੀਜ਼ਾ, ਜਿਹਦੇ ਪਿੱਛੇ ਵੀਡੀਓ ਵਾਇਰਲ ਹੋਈ ਹੈ, ਇਹਨੇ ਕਿਹਾ ਇਹ ਦੁਨੀਆ ਬੜੀ ਗਾਲ ਕੱਢੀ। ਸਿੰਗਰ ਦਾ ਨਾਮ ਲੈ ਰਹੇ ਹੋ? ਸਿੰਗਰ ਜਸਵੀਰ ਜੱਸੀ, ਜਿਹਨੇ ਗਾਣਾ ਗਾਇਆ ਕੁੜੀ ਦਿਲ ਲੈ ਗਈ ਕੁੜੀ ਗੁਜਰਾਤ ਦੀ, ਉਹਦੇ ਵਿੱਚ ਉਹਨੇ ਕੁੜੀਆਂ ਨੂੰ ਹਾਫ ਕੱਪੜੇ ਪਿਆਏ, ਸਾਰਾ ਨੰਗਨ ਦਿਖਾਇਆ ਗਿਆ, ਉਹ ਲੱਖ ਲਾਂਤ। ਆਹ ਦੇਖੋ, ਆਹ ਹੈਗਾ ਜਸਵੀਰ ਜੱਸੀ, ਆਹ ਹੈਗਾ ਕੂਲਰ ਪੀਜ਼ੇ ਵਾਲਾ। ਆ ਲਓ 2 3 4 5 6 7
ਇਹਨਾਂ ਦੇ 10 ਜੁੱਤੀਆਂ ਮਾਰ ਕੇ ਮੈਂ ਇੱਕ ਗਿਣਦਾ, 100 ਮਾਰ ਕੇ ਇੱਕ ਗਿਣੂੰਗਾ, 2 ਗਿਣੂੰਗਾ, ਇਹਨਾਂ ਦੇ ਜਿੰਨਾ ਜੁੱਤੀਆਂ ਪੈਂਦੀਆਂ ਰਹਿਣ ਇਹ ਉਹਨਾਂ ਇਹਨਾਂ ਨੇ ਪਾਕ ਜਗ੍ਹਾ ਨੂੰ ਜਿੱਥੋਂ ਦੇਖੋ ਜੀ ਜਿਹਦੀ ਜਿਹਦੀ ਮਰਜ਼ੀ ਆ, ਜੇ ਅਸੀਂ ਕਿਸੇ ਦੀ ਬੁਰਾਈ ਨਹੀਂ ਕਰਨੀ ਅਸੀਂ ਕਿਸੇ ਨੂੰ ਮੰਨੀ ਵੀ ਨਾ। ਇਹ ਬੰਦਿਆਂ ਨੇ ਸਾਡੇ ਦਿਲ ਨੂੰ ਠੇਸ ਪਹੁੰਚਾਈ ਆ। ਜਦ ਵੀ ਬਾਬਾ ਮੁਰਾਦ ਸ਼ਾਹ ਜੀ ਦਾ ਜਨਮਦਿਨ ਹੁੰਦਾ ਵਾ ਜਾਂ ਜਨਮ ਦਿਹਾੜਾ ਹੁੰਦਾ, ਉੱਥੇ ਪੂਰੇ ਇੰਡੀਆ 'ਚ ਕੇਕ ਕੱਟੇ ਜਾਂਦੇ। ਜੇ ਆਪਾਂ ਗੱਲ ਕਰੀਏ ਜੇ ਬਾਪੂ ਲਾਲ ਬਾਦਸ਼ਾਹ ਸਰਕਾਰ ਦਾ ਜਨਮਦਿਨ ਹੁੰਦਾ ਪੂਰੇ ਇੰਡੀਆ ਕੇਕ ਕੱਟੇ ਜਾਂਦੇ। ਜੇ ਬਾਬਾ ਲਾਡੀ ਸਾਈਂ ਸਰਕਾਰ ਦਾ ਜਨਮਦਿਨ ਹੁੰਦਾ ਪਤਾ ਨਹੀਂ ਲੱਗਦਾ ਕਿੱਥੋਂ ਕਿੱਥੋਂ ਕੇਕ ਆ ਰਹੇ। ਉਹ ਇਹਦੀ ਔਕਾਤ, ਇਹਨੂੰ ਤਾਂ ਕੋਈ ਬੰਦਾ ਨਹੀਂ ਚੱਲਦਾ, ਇਹਦੇ ਘਰ ਦੇ ਨਹੀਂ ਚੱਲਦੇ, ਇਹਦਾ ਤਾਂ ਬੇੜਾ ਗਰਕ ਹੈ, ਇਹ ਕਿਹਦਾ ਤਾਂ ਕੂਲਰ ਪੀਜੇ ਵਾਲੇ। ਮੈਂ ਦੋਨਾਂ 'ਤੇ ਕੰਪਲੇਂਟ ਦਰਜ ਕਰਾਈ ਆ ਡਿਵੀਜ਼ਨ ਨੰਬਰ 8 'ਚ। ਮੈਨੂੰ ਪਤਾ ਸਾਡੇ ਕਮਿਸ਼ਨਰ ਸਾਹਿਬ ਰੱਬ ਵਰਗੇ ਬੰਦੇ ਆ, ਉਹ ਜਿੰਨੇ ਪੁਲਿਸ ਪ੍ਰਸ਼ਾਸਨ ਆ ਸਾਰੇ ਕਹਿੰਦੇ ਅਸੀਂ ਸੱਚ ਦਾ ਸਾਥ ਦੇਵਾਂਗੇ, ਝੂਠ ਦਾ ਬਿਲਕੁਲ ਸਾਥ ਨਹੀਂ ਦੇਵਾਂਗੇ। ਉਹ ਕਹਿੰਦੇ ਪਏ ਨੇ ਕਿ ਲਾਡੀ ਸ਼ਾਹੀ ਜਿਹੜੇ ਹੈਗੇ ਨੇ ਜਾਂ ਫਿਰ ਬਾਕੀ ਹੋਰ ਜਿਹੜੇ ਬਾਬੇ ਨੇ ਜੋ ਨਕੋਦਰ ਦੇ ਵਿੱਚ ਨੇ, ਉਹ ਸਿਗਰਟਾਂ ਨੂੰ ਪ੍ਰਮੋਟ ਕਰਦੇ ਨੇ, ਇੱਕ ਇੱਕ ਹੱਥ ਦੇ ਵਿੱਚ 15-15 ਸਿਗਰਟਾਂ ਪੀਂਦੇ ਨੇ, ਉਹਨਾਂ ਵੱਲੋਂ ਸਿਗਰਟਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਉਹ ਗੁਰਬਾਣੀ ਦਾ ਨਾਂ ਲੈ ਕੇ ਉਹਨਾਂ ਨੂੰ ਜਿਹੜਾ ਉਹ ਕਹਿੰਦੇ ਕਿ ਗੁਰਬਾਣੀ ਜੋਗਾ ਕਿਵੇਂ ਇਹਨਾਂ ਨੂੰ ਬਣਾ ਦਈਏ ਅਸੀਂ, ਇਹ ਗੱਲਾਂ ਕਹਿ ਰਹੇ ਨੇ, ਇਸ ਨੂੰ ਕਿਵੇਂ ਦੇਖਦੇ? ਦੇਖੋ ਗੁਰੂਆਂ ਪੀਰਾਂ ਦੀ ਧਰਤੀ ਆ, ਮੰਨੋ ਜਾਂ ਨਾ ਮੰਨੋ, ਮੈਂ ਫਿਰ ਗੱਲ ਕਹਿੰਦਾ ਵਾ ਕਿ ਤੁਸੀਂ ਮੰਨੋ ਜਾਂ ਨਾ ਮੰਨੋ ਉਹ ਤੁਹਾਡੀ ਵੱਖਰੀ ਸ਼ਰਧਾ ਵਾ, ਠੀਕ ਆ। ਕਿਸੇ ਦਾ ਨਿੰਦੇ ਚੁਗਲੀ ਨਹੀਂ ਕਰ ਸਕਦੇ, ਜਿਹੜਾ ਨਿੰਦੇ ਚੁਗਲੀ ਕਰਦਾ ਜੁੱਤੀਆਂ ਮਾਰੋ ਦੇ, ਚਾਹੇ ਮੈਂ ਹੀ ਹੋਵਾਂ, ਠੀਕ ਆ ਨਾ। ਔਰ ਦੂਜਾ ਨੰਬਰ, ਤੂੰ ਉਹ ਕੁਲੀ ਬੁਲਾਉਂਦਾ ਵਾ, ਜਸਵੀਰ ਜੱਸੀ ਕੁਲੀ ਬੁਲਾਉਂਦਾ ਵਾ, ਹੁਣ ਬਾਬਾ ਮੁਰਾਦ ਸ਼ਾਹ ਥੋੜ੍ਹੀ ਕਿਹਾ ਉਹਨੂੰ ਕੁਲੀ ਬੁਲਾ ਤੂੰ ਆ ਗਏ। ਜਾਂ ਹੁਣ ਤੁਸੀਂ ਦੇਖਣਾ ਹੰਸਰਾਜ ਹੰਸ ਜੀ ਨੂੰ ਦੇਖ, ਗੁਰਦਾਸ ਮਾਨ ਜੀ ਨੂੰ ਦੇਖ, ਸਲੀਮ ਭਾਈ ਦੇਖ, ਕਲੇਰ ਕੰਠ ਨੂੰ ਦੇਖ, ਜੇ ਦੇਖਣਾ ਖਲੀ ਭਾਜੀ ਉੱਥੇ ਮੱਥਾ ਟੇਕਦੇ ਆ, ਹੈਂ। ਜੇ ਤੂੰ ਦੇਖਣਾ ਚਾਹੁੰਦਾ ਨੂਰਾ ਸਿਸਟਰ ਅਫਸਾਨਾ ਖਾਨ, ਜੀ ਖਾਨ, ਫਿਰੋਜ਼ ਖਾਨ, ਕਮਲ ਖਾਨ, ਐਡੇ ਵੱਡੇ ਵੱਡੇ ਕਲਾਕਾਰ ਸਾਰੇ ਸਿੰਗਰ ਉੱਥੇ ਗਾ ਕੇ ਜਾਂਦੇ ਆ। ਸਾਰੇ ਕਹਿੰਦਾ ਸਾਰੇ ਕਲਾਕਾਰਾਂ ਨੂੰ ਮੈਂ ਬੇਨਤੀ ਕਰਨਾ ਉੱਥੇ ਨਾ ਜਾਇਆ ਕਰੋ, ਵੀ ਤੂੰ ਸਿੰਗਰਾਂ ਦਾ ਸਾਲਾ ਲੱਗਦਾ ਕਿਹੜੇ ਜਗ੍ਹਾ ਤੋਂ, ਤੂੰ ਤੂੰ ਪ੍ਰਮੋਟ ਕਰ, ਤੂੰ ਕੋਈ ਪ੍ਰਧਾਨ ਮੰਤਰੀ ਆ, ਤੂੰ ਮੁੱਖ ਮੰਤਰੀ ਆ। ਇਹ ਰਾਜਨੀਤੀ ਚਾਲ ਹੈ, ਇਹਦੇ ਪਿੱਛੇ ਰਾਜਨੀਤੀ ਕੋਈ ਗੇਮ ਹੈ, ਇਹ ਰਾਜਨੀਤੀ ਸਾਨੂੰ ਸਮਝ ਨਹੀਂ ਪੈਣੀ ਆ, ਇਹ ਬਹੁਤ ਵੱਡੀ ਇੱਕ ਰਾਜਨੀਤੀ ਹੈ। ਉਸ ਤੋਂ ਬਾਅਦ ਇਹਨੇ ਮੇਰਾ ਨਾਮ ਲੈ ਲਿਆ, ਇਹਨੂੰ ਇਹ ਨਹੀਂ ਪਤਾ ਕਿ ਵੱਡਾ ਪੋਲੀਟਿਕਸ ਬੰਦਾ ਜਿਹਨੇ ਸਾਰਾ ਕੁਝ ਬਰਬਾਦ ਕਰਤਾ ਆਪਣਾ ਘਰ ਦਾ। ਮੈਂ ਭਾਜੀ ਇਸ ਟਾਈਮ ਮੇਰੇ ਘਰ ਆਟਾ ਵੀ ਹੈ ਨੀਗਾ, ਮੈਂ ਫਿਰ ਵੀ ਬੋਲਦਾ ਪਿਆ, ਮੈਂ ਡਰਦਾ ਨੀਗਾ, ਕੋਈ ਇੰਨੀ ਗੱਲ ਟੈਸਟ ਤੱਕ ਨਹੀਂ ਬੋਲ ਸਕਦਾ, ਮੈਨੂੰ ਕੱਲ੍ਹ ਵੀ ਮਿਲੋਗੇ ਮੈਂ ਇੱਦਾਂ ਹੀ ਮਿਲੂੰਗਾ। ਇਹ ਮੈਨੂੰ ਕਹਿੰਦਾ ਤੈਨੂੰ ਗੋਲੀਆਂ ਨਾਲ ਮਰਵਾ ਦਾਂਗੇ, ਤੇਰੇ ਬੱਚੇ ਮਰਵਾ ਦਾਂਗੇ, ਇਹ ਵੀ ਧਮਕੀ ਦੇਈ ਜਾਂਦਾ ਕੁਝ ਦਿਨਾਂ ਦਾ ਕੂਲਰ ਪੀਜੇ ਵਾਲਾ ਵੀ। ਆਹ ਉਹਨਾਂ ਦੇ ਨੰਬਰ ਆ ਜੀ, ਆਹ ਨੰਬਰ ਲਾਈਵ ਚੱਲਦੇ ਪਏ ਉਹਨਾਂ ਦੇ। ਮੈਂ ਕਿਹਾ ਤੂੰ ਜੋ ਮਰਜ਼ੀ ਕਰ ਲਾ, ਜਿੱਦਣ ਮੇਰੇ ਪਰਿਵਾਰ ਨੂੰ ਕੁਛ ਹੋ ਗਿਆ ਮੈਂ PAP ਦੇਖ ਜਾ ਕੇ ਚੌਂਕ 'ਤੇ ਧਰਨ ਲਾਊਂਗਾ, ਜਾਂ ਮੇਰੀ ਲਾਸ਼ਾਂ ਸੁੱਟ ਦਿਓ ਉੱਥੇ ਸਾਡੀਆਂ, ਸਾਨੂੰ ਅੱਗ ਲਾਉਣ ਦੀ ਲੋੜ ਨਹੀਂ, ਸਾਡੀ ਉੱਥੇ ਲਾਸ਼ਾਂ ਸੁੱਟ ਦਿਓ, ਕਿਉਂਕਿ ਇਹਨਾਂ ਮਗਰ ਪਾਰਟੀਆਂ ਲੀਡਰ ਬੋਲਦੇ ਪਏ ਨਾ, ਮਗਰ ਇਹ ਆਪ ਨਹੀਂ ਕਹਿੰਦਾ ਪਰਚਾ ਕਟਾ ਕੇ ਦਿਖਾ। ਇਹ ਦੋਨੇ ਜਾਣੇ ਮੈਨੂੰ ਚੈਲੰਜ ਕਰਦੇ ਪਏ ਆ, ਉਹ ਜਿਹੜਾ ਵੀ ਲੀਡਰ ਹੈਗਾ ਮੈਨੂੰ ਪਤਾ 3 ਪਾਰਟੀਆਂ ਇਹਨਾਂ ਦੇ ਨਾਲ ਆ, ਮੈਂ ਨਾਮ ਨਹੀਂ ਬੋਲੂੰਗਾ, ਔਰ ਉਹ ਪਾਰਟੀਆਂ ਮੈਨੂੰ ਵੀ ਕਹਿ ਰਹੀਆਂ ਸਾਡੇ ਵਿੱਚ ਆ, ਮੈਂ ਬੇਸ਼ੱਕ ਇਹਨਾਂ ਨੂੰ ਛੱਡ ਦੇ ਸਾਡੇ ਵਿੱਚ ਆ ਦਾ, ਅਸੀਂ ਤੁਹਾਨੂੰ ਦਬੋ, ਮੈਨੂੰ ਕੁਛ ਨਹੀਂ ਚਾਹੀਦਾ। ਜਿਹੜਾ ਦੁਨੀਆ ਨੂੰ ਗਲਤ ਗਾਲਾਂ ਕੱਢੇਗਾ, ਦੁਨੀਆ 'ਚ ਮੇਰੀ ਧੀ ਭੈਣ ਆ, ਮੇਰੀ ਮਾਂ ਵਾ, ਸਾਰੇ ਜਾਣੇ ਆ ਯਾਰ, ਦੁਨੀਆ ਸਾਰੀ ਦੁਨੀਆ ਵਾ, ਪੁਲਿਸ ਕਮਿਸ਼ਨਰ, DGP, IG, ਡਾਕਟਰ ਆ, ਵਕੀਲ ਆ, ਜੱਜ ਆ, ਸਾਰਿਆਂ ਨੂੰ ਇਹਨਾਂ ਨੇ ਲੋਕਾਂ ਨੇ ਇਹ ਬੰਦਿਆਂ ਨੇ ਗਾਲਾਂ ਕੱਢ ਦਿੱਤੀਆਂ। ਉਹਨੇ ਕੀ ਕੀਤਾ, ਬਾਬਾ ਮੁਰਾਦ ਸ਼ਾਹ ਨੂੰ ਮਾੜਾ ਕਹਿ ਦਿੱਤਾ, ਉਹ ਤੇਰੀ ਔਕਾਤ ਹੈ, ਜੇ ਤੇਰੇ ਗਾਣੇ ਨਹੀਂ ਚੱਲਦੇ ਅਸੀਂ ਕੀ ਕਰੀਏ, ਤੂੰ ਉੱਦਾਂ ਕਹਿੰਦਾ ਮੈਨੂੰ ਵੀਡੀਓ ਬਣਾ ਦੇ ਨੀਟੂ ਭਾਜੀ, ਮੈਂ ਤੈਨੂੰ ਵੀਡੀਓ ਨਾ ਬਣਾ ਕੇ ਦਿੰਦਾ ਫਿਰ ਤੇਰਾ ਗਾਣਾ ਸਪੋਰਟ ਕਰਦਾ ਆਪਣੇ ਯੂਟਿਊਬ ਚੈਨਲ। ਉਹ ਕੰਜਰ ਦਿਆ, ਤੂੰ ਤੇ ਬੇੜਾ ਹੀ ਗਰਕ ਕਰੀ ਜਾਂਦਾ ਪਿਆ। ਇਹਨੂੰ ਇਹ ਨਹੀਂ ਪਤਾ ਵੀ ਦੇਖੋ ਜਿਹਦੀ ਧਾਰਮਿਕ ਠੇਸ ਹੈ ਨਾ, ਜਿਹੜੀ ਜਿਹੜੀ ਚੀਜ਼ ਅਗਲਾ ਬੰਦਾ ਮੰਨਦਾ ਨਾ, ਉਹਦੀ ਧਾਰਮਿਕ ਸਾਡੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ। ਮੈਂ ਕੋਈ ਡਰਾਮਾ ਨਹੀਂ ਕਰਦਾ, ਸਿਰਫ ਇਹਦੇ ਪਿੱਛੇ ਰਾਜਨੀਤੀ ਆ। ਲੋਕੀ ਕਰ ਰਹੇ ਆ ਕਿ ਖੁਰੇ ਨੀਟੂ ਨਾਮ ਚਮਕਾਉਣ ਦੇ, ਨੀਟੂ ਨੂੰ ਲੋੜ ਨਹੀਂ ਨਾਮ ਚਮਕਾ ਦੀ, MP ਇਲੈਕਸ਼ਨ ਆਉਣੇ ਆ, ਬੇਗਮਪੁਰਾ ਪਾਰਟੀ ਸਾਂਝਾ ਫਰੰਟ ਪੂਰੇ ਇੰਡੀਆ 'ਚ, ਪੂਰੇ ਜਿੱਥੇ ਵੀ ਇਲੈਕਸ਼ਨ ਆਉਣਗੇ ਸਾਡੇ ਇਲੈਕਸ਼ਨ ਲੜੇ ਜਾਊਗੇ, ਆਪਾਂ ਡਰਨ ਦੀ ਲੋੜ ਨਹੀਂ। ਪਰ ਇਹ ਦੋਨੇ ਕਮੀਨੇ ਆ,
ਇਹਨਾਂ ਦੇ ਛੱਤਰ ਮਾਰੋ ਇਹਨਾਂ ਦੇ ਕੰਜਰਾਂ ਦੇ, ਇਹਨਾਂ ਦੇ ਲਾ ਲਾ ਕੇ, ਕਿਉਂਕਿ ਇਹ ਦੋਨੇ ਜਦ ਤੱਕ ਪੰਜ ਬੰਦੇ ਆ ਉਹ ਜਿਹੜੇ ਮਾਫ਼ੀ ਨਹੀਂ ਮੰਗੂਗੇ ਅਤੇ ਮੈਂ ਉਹਨੂੰ ਛੱਡੂੰਗਾ ਨਹੀਂ। ਆਹ ਦੇਖੋ ਆਹ ਵਾ, ਮੈਨੂੰ ਕੁਛ ਨਾਮ ਵੀ ਤੁਸੀਂ ਲਿਖੇ, ਆਹ ਦੇਖੋ ਨਾਮ ਲਿਖਿਆ ਜੀ, ਅਸਮੀਤ ਅਰੋੜਾ ਅਤੇ ਬਾਦਸ਼ਾਹ ਇੱਕਾ ਅਤੇ ਜਸਮੀਤ, ਇੱਕ ਕੂਲਰ ਪੀਜੇ ਵਾਲਾ ਸਾਹਿਬ ਅਰੋੜਾ ਅਤੇ ਇੱਕ ਉਹਦੀ ਵਾਈਫ, ਪੰਜ ਬੰਦਿਆਂ ਦੇ ਨਾਮ ਲਿਖੇ ਜੀ। ਔਰ ਇਹ ਪੰਜਾਂ ਦੇ ਕਾਰਵਾਈ, ਇੱਕ ਛੇਵਾਂ ਬੰਦਾ ਹੋਇਆ ਜੀ ਜਸਵੀਰ ਜੱਸੀ। ਅੱਛਾ, ਇੱਕ ਬਾਂਦਰ ਜਿਹਾ ਗੱਲ ਸਮਝ ਨਹੀਂ ਆ ਰਹੀ, ਬਾਂਦਰ ਹੀ ਆ ਉਹ, ਕੀ ਇਹ ਕੋਈ ਪੋਲੀਟੀਕਲ ਵੈਂਡੇਟਾ ਤੈਅ ਕਰ ਰਿਹਾ? ਮੇਰੀ ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ, ਕਰਦੇ ਪਿਆ ਪੋਲੀਟੀਕਲ ਵੈਂਡੇਟਾ ਤੈਅ ਕਰ ਰਿਹਾ, ਜਾਂ ਫਿਰ ਕੋਈ ਪਬਲਿਕ ਸਟੰਟ ਹੈ ਜਿਸ ਕਾਰਨ ਉਹ ਫੇਮਸ ਹੋ ਜਾਣ? ਉਹ ਭਾਜੀ ਕਹਲਾ ਪਬਲਿਕ, ਆ ਚਾਰ ਦਿਨ ਮੰਨ ਲਓ ਮੇਰੀ ਗੱਲ ਸੁਣਨਗੇ ਲੋਕੀ, ਬਾਅਦ ਚੋਂ ਚੱਲ ਜਾਣ। ਮੈਨੂੰ ਨਹੀਂ ਲੋੜ ਹੈਗੀ, ਮੈਨੂੰ ਕੋਈ ਲੋੜ ਨਹੀਂ, ਮੇਰਾ ਗਾਣਾ ਇੰਨਾ ਚੱਲਦਾ ਪਿਆ, 200 ਮਿਲੀਅਨ ਚੱਲ ਗਿਆ, 31 ਦਸੰਬਰ ਵਾਲਾ ਗਾਣਾ ਮੇਰਾ 200 ਮਿਲੀਅਨ ਚੱਲ ਗਿਆ। ਉਸ ਬੰਦੇ ਨੇ ਉਹ ਮੇਰਾ ਨਾਮ ਅਤੇ ਬਾਬਾ ਮਰਾਜ ਸ਼ਾਹ ਜੀ ਦਾ ਨਾਮ, ਉਹਨੇ ਮੈਂ ਉਹਨਾਂ ਦੀ ਦਰ ਦਾ ਕੁੱਤਾ ਵਾਂ, ਬਾਬਾ ਲਾਡੀ ਸਾਈਂ ਸਰਕਾਰ ਦਾ ਦਾਤਾ ਦਾ ਕੁੱਤਾ ਵਾਂ, ਮੈਂ ਬਾਬਾ ਮਰਾਜ ਸ਼ਾਹ ਦਾ ਜੀ ਦਾ ਕੁੱਤਾ ਵਾਂ, ਮੈਂ ਬਾਬਾ ਲਾਲ ਬਾਦਸ਼ਾਹ ਸਰਕਾਰ ਦਾ ਕੁੱਤਾ ਵਾਂ, ਅਸੀਂ ਤਾਂ ਉੱਥੋਂ ਦੇ ਗੁਲਾਮ ਹਾਂ। ਇਹ ਜੇ ਇਹਨੂੰ ਪੁੱਛ ਵੀ ਤੈਨੂੰ ਗਾਣਾ ਆਉਂਦਾ, ਤੂੰ ਕਨਵਰ ਗਰੇਵਾਲ ਨੂੰ ਪੁੱਛ ਵੀ ਉਹ ਮਸ਼ਹੂਰ ਕਿੱਥੋਂ ਆਇਆ। ਇੱਕ ਵਾਰੀ ਜਿਹੜਾ ਉੱਥੇ ਸਟੇਜ ਲਾ ਜਾਂਦਾ ਨਾ, ਉਹਦੀ ਗੁੱਡੀ ਚੜ੍ਹਦੀ ਆ, ਕਦੀ ਕੱਟੀ ਨਹੀਂ ਜਾਂਦੀ ਨਾ ਡੁੱਬਦੀ ਆ, ਉਹ ਤਾਂ ਕਦੇ ਨਾ ਡੁੱਬਦੇ ਨੇ ਜਿਹੜੇ ਗੌਸ ਪਾਕ ਮੀਰਾਂ ਨੇ ਤਾਰੇ, ਜਿਹੜੇ ਫਕੀਰ ਆ ਨਾ, ਅੱਬਲ ਅੱਲਾ ਨੂਰ ਹੈ ਨਾ ਵਿੱਚ, ਜਿੰਨੇ ਦੁਨੀਆ ਦੇ ਕੁੱਲ ਫਕੀਰ ਆ, ਚਾਹੇ ਕਿਸੇ ਨੂੰ ਕੁਛ ਆਉਂਦਾ ਜਾਂ ਨਹੀਂ ਆਉਂਦਾ, ਜਿਹੜਾ ਗੱਦੀ 'ਤੇ ਬੈਠਾ ਉਹ ਅੱਲਾ ਤਾਲਾ ਦਾ ਫਕੀਰ ਹੈ। ਅੱਛਾ, ਇੱਕ ਮੇਰੀ ਗੱਲ ਧਿਆਨ ਨਾਲ ਸੁਣਿਓ, ਉਹ ਕਹਿੰਦੇ ਕਿ ਜਿਹੜਾ ਹੈਗਾ ਨਕੋਦਰ ਦੇ ਵਿੱਚ ਜੋ ਡੇਰੇ ਨੇ ਉੱਥੇ ਸਿਗਰਟਾਂ ਨੂੰ ਪ੍ਰਮੋਟ ਕਰਦੇ ਨੇ, ਠੀਕ ਆ, ਇਹ ਕਿਹੜੇ ਬਾਬੇ ਹੋਏ ਆ? ਪੰਜਾਬ ਦੇ ਵਿੱਚ ਸਾਡੇ ਗੁਰੂ ਨੇ, ਸਾਡੇ ਪੀਰ ਨੇ, ਉਹਨਾਂ ਦੀਆਂ ਗੁਰਬਾਣੀਆਂ ਨੂੰ ਪੜ੍ਹੋ, ਉਹਨਾਂ ਦੀਆਂ ਚੀਜ਼ਾਂ ਨੂੰ ਪੜ੍ਹੋ, ਉਸ ਦੇ ਨਾਲ ਗੁਰਬਾਣੀ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਨਾਲ ਤੁਸੀਂ ਉਹ ਬਾਬਿਆਂ ਨੂੰ ਕਿਉਂ ਜੋੜੇ ਹੋ ਜੋ ਸਿਗਰਟਾਂ ਨੂੰ ਪ੍ਰਮੋਟ ਕਰਦੇ ਨੇ? ਅਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ, ਉਦੋਂ ਤੁਸੀਂ ਕਿਵੇਂ ਦੇਖਦੇ ਹੋ, ਤੁਹਾਡਾ ਕੀ ਰਿਐਕਸ਼ਨ? ਉਹਨੂੰ ਪੁੱਛ ਵੀ ਉਹ ਸਿਗਰਟ ਲੈ ਕੇ ਘਰ ਘਰ ਜਾਂਦੇ ਆ, ਜਿਹਨੇ ਨਸ਼ਾ ਪ੍ਰਮੋਟ ਕੀਤਾ ਤੂੰ ਉਹਨੂੰ ਕਹਿ ਨਹੀਂ ਰਿਹਾ, ਖੜਾ ਹੋ ਤੂੰ ਚੰਦਰ ਗਰੇਵਾਲ ਨਾਲ, ਖੜਾ ਹੋ ਤੂੰ ਕੁਵਰ ਵਿਜੇ ਪ੍ਰਤਾਪ ਸਿੰਘ ਨਾਲ, ਖੜਾ ਹੋ ਤੂੰ ਭਾਨੇ ਸਿੱਧੂ ਨਾਲ, ਉਹਨਾਂ ਨਾਲ ਖੜਾ ਹੋ, ਉਹਨਾਂ ਜੇ ਤੂੰ ਬੋਲੀ ਬੋਲ, ਤੂੰ ਫੁਕਰਾ ਬੰਨਾ ਤੇ ਆਪਣੇ ਘਰ ਜਾ ਕੇ ਜੋ ਮਰਜ਼ੀ ਬੋਲੀ ਜਾ, ਜੇ ਤੈਨੂੰ ਵਾਕਈ ਪਰਚੇ ਦਾ ਡਰ ਨਹੀਂ, ਜੇ ਤੂੰ ਦੁਨੀਆ ਦਾ ਨਸ਼ਾ ਖਤਮ ਕਰਨਾ, ਤੂੰ ਲੀਡਰਾਂ ਦੇ ਖਿਲਾਫ ਬੋਲ, ਜਿਹੜੀ ਸਰਕਾਰ ਨਸ਼ਾ ਚਲਾ ਰਹੀ ਹੈ, ਇਹ ਬੰਦੇ ਕਿੱਦਾਂ ਵੱਜ ਜਾਂਦੇ, ਹਰ ਜਗ੍ਹਾ ਤੇ ਕ੍ਰਾਈਮ ਵੱਧ ਰਿਹਾ, ਚੋਰੀਆਂ ਹੋ ਰਹੀਆਂ, ਆ ਤੇਰੇ ਨੰਬਰਾਂ ਤੇ ਮੈਨੂੰ ਮਾਰਨ ਦੀਆਂ ਧਮਕੀਆਂ, ਆ ਡਾਇਰੈਕਟ ਤੇਰੇ ਤੁਹਾਡੇ ਨੰਬਰਾਂ ਤੋਂ ਧਮਕੀਆਂ ਆਣ ਰਹੀਆਂ, ਤੁਸੀਂ ਦੋਨੇ ਜਾਣੇ ਧਮਕੀਆਂ ਦਵਾਉਣ ਰਹੇ, ਤੂੰ ਤੇ ਕੂਲਰ ਪੀਜੇ ਵਾਲਾ ਸ਼ਰਿਆਮ ਧਮਕੀਆਂ ਦਵਾ ਰਹੇ ਹੋ, ਇਹ ਤੁਹਾਡੀ ਕਿੱਥੋਂ ਦੀ ਬਦਮਾਸ਼ੀ ਆ, ਕਿੱਥੋਂ ਦੀ ਕਲਾਕਾਰੀ ਤੁਹਾਡੀ, ਤੁਸੀਂ ਕਿੱਥੋਂ ਦੇ ਕਲਾਕਾਰ, ਸਮਝਾ ਤੇ ਜਾਓ ਮੈਨੂੰ ਆ ਕੇ, ਤੁਹਾਨੂੰ ਆਉਂਦਾ ਕੀ ਆ, ਤੁਹਾਡੇ ਪੱਲੇ ਕੀ? ਜੇ ਮੰਨ ਲਓ ਮੈਂ ਨਹੀਂ ਗਾਉਂਦਾ ਵਧੀਆ, ਲੋਕੀ ਮੈਨੂੰ ਕਿੰਨੇ ਕਿੰਨੇ ਵਿਊ ਦਿੰਦੇ ਆ, ਕਿਉਂ ਦਿੰਦੇ ਆ? ਇਹ ਇਹਨਾਂ ਦੀ ਔਕਾਤ ਨਹੀਂ ਹੈਗੀ ਵਿਊ ਲੈਣ ਦੀ, ਸਿਰਫ ਇੱਕ ਪਬਲਿਕ ਇੰਸਟੈਂਟ ਆ, ਜਾਂ ਦੇ ਪਿੱਛੇ ਰਾਜਨੀਤੀ ਕੀਤੀ ਜਾ ਰਹੀ ਹੈ। ਤੁਸੀਂ ਸਮਝ ਲਓ, ਉਹਨਾਂ ਨੇ ਮੇਰੀ ਗੱਲ ਸੁਣੋ, ਉਹਨਾਂ ਨੇ ਕਿਹਾ ਕਿ ਬਾਬੇ ਬਥੇਰੇ ਨੇ, ਠੀਕ ਆ, ਬਾਬਾ ਮਰਾਜ ਸ਼ਾਹ ਨੂੰ ਤੁਸੀਂ ਬਾਬਾ ਬਣਾਇਆ ਜੋ ਸਿਗਰਟਾਂ ਨੂੰ ਪ੍ਰਮੋਟ ਕਰਦੇ ਨੇ, ਇਦਾਂ ਤਾਂ ਮੇਰੀ ਗੱਲ ਸੁਣ ਲਓ, ਉਹਨੇ ਕਿਹਾ ਕਿ ਇਦਾਂ ਤਾਂ ਨੀਟੂ ਵੀ ਬੜਾ ਮਸ਼ਹੂਰ ਹੈਗਾ ਵਾ, ਉਹਨੂੰ ਵੀ ਬਾਬਾ ਬਣਾ ਲਓ। ਮੈਂ ਤੁਹਾਨੂੰ ਦੱਸਿਆ ਜਾਂਦਾ, ਉਹਨੂੰ ਇਹ ਬੰਦੇ ਪੁੱਛੋ ਵੀ ਤੂੰ ਕਿਉਂ ਨਹੀਂ ਬਾਬਾ ਬਣ ਜਾਂਦਾ, ਤੇਰੀ ਫੈਮਿਲੀ ਬਾਬਾ ਕਿਉਂ ਨਹੀਂ ਬਣੀ, ਤੇਰੀ ਫੈਮਿਲੀ ਨੂੰ ਮੰਗਿਆ ਕਹਿੰਦੇ ਜੁੱਤੀਆਂ ਨਹੀਂ ਮਾਰਨੀਆਂ, ਪੈਸੇ ਤੇ ਬਹੁਤ ਦੂਰ ਦੀ ਗੱਲ ਆ, ਪੈਸੇ ਤੇ ਦਿਲ ਵਾਲੇ ਦਿੰਦੇ, ਕਈ ਸਾਡੇ ਭਾਜੀ ਮਜ਼ਾਕ ਵੀ ਕਰਦੇ ਆ ਇਹਦੇ ਵਿੱਚ, ਕਈ ਸੀਰੀਅਸ, ਇਹ ਮੁੱਦਾ ਬਹੁਤ ਸੀਰੀਅਸ ਆ, ਇਹ 'ਚ ਆਪਾਂ ਸੀਰੀਅਸ ਤੱਕ ਕਹਿ ਰਹੇ ਹਾਂ ਵੀ ਨਾ ਕੋਈ ਮਜ਼ਾਕ, 4 ਦਿਨ ਵੀਡੀਓ ਚੱਲੂਗੀ ਬਾਅਦ 'ਚ ਬੰਦ ਹੋ ਜਾਏਗੀ, ਨਹੀਂ ਆਪਣਾ ਇਹਦਾ ਕੋਈ ਪ੍ਰੋਸੀਜਰ ਨਹੀਂ, ਆਪਾਂ ਦੋਨਾਂ ਤੇ ਕੰਪਲੇਂਟ ਦਰਜ ਕਰਾ ਕੇ ਆਏ ਹਾਂ, ਕੂਲਰ ਪੀਜੇ ਵਾਲੇ ਤੇ ਵੀ ਕਰਾਤੀ ਮੈਂ, ਤੇ ਮੈਂ ਜਸਵੀ ਜੱਸੀ ਤੇ ਵੀ ਕਰਾ ਕੇ ਆਇਆ 2 ਨੰਬਰ 8 ਦੇ ਵਿੱਚ, ਉਹਦੇ ਵਿੱਚ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਮੈਂ ਗੱਲ ਕਹਿਣਾ ਚਾਹੁੰਦਾ ਵੀ ਸਾਫ਼ ਸਾਫ਼ ਲਫ਼ਜ਼ਾਂ 'ਚ, ਇੱਦਾਂ ਦੇ ਬੰਦਿਆਂ ਦਾ ਜਿੱਥੇ ਸ਼ੋਅ ਲੱਗਦਾ ਵਾ ਉੱਥੇ ਜੁੱਤੀਆਂ ਮਾਰੋ ਇਹਨਾਂ ਦੇ ਬੰਦੇ, ਇੱਦਾਂ ਦੇ ਬੰਦਿਆਂ ਨੂੰ, ਤੇ ਇਹਨਾਂ ਦੇ ਸ਼ੋਅ ਸ਼ਾਹ ਬੰਦ ਕਰਾਓ ਜਦ ਤੱਕ ਇਹ ਮਾਫ਼ੀ ਨਹੀਂ ਮੰਗਦਾ। ਦਾ ਚਲੋ ਆਖਰੀ ਪ੍ਰਸ਼ਨ ਮੇਰਾ,
ਜੇਕਰ ਤੁਸੀਂ ਕੰਪਲੇਂਟ ਦੇ ਕੇ ਆਓ, ਕੰਪਲੇਂਟ ਦੇ ਉੱਤੇ ਕੁਛ ਨਹੀਂ ਹੁੰਦਾ, ਤੁਹਾਡੇ ਵੱਲੋਂ ਕੀ ਐਕਸ਼ਨ ਲਿਆ ਜਾਵੇਗਾ, ਕੀ ਧਰਨਾ ਲਗਾਇਆ ਜਾਵੇਗਾ? ਭਾਜੀ ਵੱਡਾ ਐਕਸ਼ਨ ਆ, ਵੱਡਾ ਐਕਸ਼ਨ ਸ਼ਿਵ ਸੈਨਾ ਵੀ ਸਾਡੇ ਨਾਲ, ਬਜਰੰਗ ਦਲ ਵੀ, ਸਿੱਖ ਭਾਈ ਵੀ, ਕ੍ਰਿਸ਼ਨ ਭਾਈ ਜੀ, ਮੁਸਲਮਾਨ ਭਾਈ ਵੀ, ਸਭ ਸਾਡੇ ਨਾਲ ਆ ਜੀ। ਆਹ ਦੇਖੋ ਜੀ, ਆਹ ਮੈਂ ਜਸਵੀਰ ਜੱਸੀ ਦੇ ਉੱਤੇ ਕੀਤੀ ਕਾਰਵਾਈ, ਆਹ ਪਹਿਲੀ ਕਾਰਵਾਈ ਕੂਲਰ ਪੀਜ਼ਾ ਉੱਤੇ, ਠੀਕ ਹੈ ਜੀ। ਆਹ ਦੂਜੀ ਕਾਰਵਾਈ ਜਸਵੀਰ ਜੱਸੀ ਤੇ ਮੈਂ ਕਰਾ ਕੇ ਆਇਆ, ਮੈਂ ਬਿਲਕੁਲ ਨਹੀਂ ਡਰਦਾ ਇਹਨਾਂ ਤੋਂ, ਜਦੋਂ ਮਰਜ਼ੀ ਮੈਨੂੰ ਮਾਰ ਦੇਣ, ਕਿਉਂਕਿ ਰੱਬ ਦੇ ਨਾਂ ਤੇ ਮਰਨਾ ਇਹ ਤੇ ਕਿਸੇ ਕਿਸੇ ਨੂੰ ਮਿਲਣਾ, ਹਰ ਕਿਸੇ ਨੂੰ ਨਹੀਂ ਮਿਲਣਾ ਰੱਬ ਦੇ ਨਾਂ ਤੇ ਮਰਨ ਦਾ, ਔਰ ਵੇ ਧਮਕੀਆਂ ਜਿੰਨੀਆਂ ਮਰਜ਼ੀ ਦੇਣ, ਮੈਂ ਨਹੀਂ ਇਹਨਾਂ ਤੋਂ ਡਰਦਾ, ਇਹਨਾਂ ਦੇ ਜੁੱਤੀਆਂ ਮਾਰਦਾ ਰਹੂੰਗਾ ਜਿਹੜੇ ਕਿ ਕਿਸੇ ਧਰਮ ਨੂੰ ਟਾਰਗੇਟ। ਮੈਂ ਕਹਿੰਦਾ ਵੀ ਜੇ ਤੁਸੀਂ ਨਹੀਂ ਮੰਨਣਾ ਨਾ ਮੰਨੋ, ਕਿਸੇ ਧਰਮ ਦੀ ਬੁਰਾਈ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ। ਤਾਂ ਨੀਟੂ ਸ਼ਟਰਾਂ ਵਾਲੇ ਨੇ ਜਿਨ੍ਹਾਂ ਦੇ ਨਾਲ ਖਾਸੀ ਗੱਲਬਾਤ ਕੀਤੀ ਹੈ, ਇਹਨਾਂ ਵੱਲੋਂ ਕਈ ਇਲਜ਼ਾਮ ਜਸਵੀਰ ਜੱਸੀ ਦੇ ਉੱਤੇ ਲਗਾਏ ਜਾ ਰਹੇ ਨੇ, ਜੋ ਕਿ ਵਿਵਾਦਿਤ ਬਿਆਨਾਂ ਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਜਸਵੀਰ ਜੱਸੀ ਹੋਰਾਂ ਵੱਲੋਂ ਇੱਕ ਪ੍ਰਾਈਵੇਟ ਚੈਨਲ ਦੇ ਉੱਤੇ ਜਿਹੜਾ ਹੈ ਉਹ ਇੰਟਰਵਿਊ ਦਿੱਤੀ ਗਈ, ਜਿਸ ਦੇ ਵਿੱਚ ਉਹਨਾਂ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ, ਇਹ ਗਲਤ ਟਿੱਪਣੀ ਕੀਤੀ ਗਈ ਕਿ ਬਾਬਾ ਮੁਰਾਦ ਸ਼ਾਹ ਜੋ ਨੇ ਉਹ ਸਿਗਟਾਂ ਨੂੰ ਪ੍ਰਮੋਟ ਕਰਦੇ ਨੇ, ਜਿਸ ਤੋਂ ਬਾਅਦ ਜਲੰਧਰ ਦੇ ਵਿੱਚ ਜਿਹੜਾ ਹੈ ਉਹ ਨੀਟੂ ਸ਼ਟਰਾਂ ਵਾਲੇ ਦੇ ਜਿਹੜੇ ਨੇ ਧਾਰਮਿਕ ਹਾਤ ਹੋਇਆ, ਜਿਸ ਤੋਂ ਬਾਅਦ ਇਹਨਾਂ ਵੱਲੋਂ ਕਈ ਜਿਹੜੇ ਨੇ ਉਹ ਕੰਪਲੇਂਟਾਂ ਦਿੱਤੀਆਂ ਗਈਆਂ ਨੇ, ਅਤੇ ਹੁਣ ਇਹਨਾਂ ਵੱਲੋਂ ਕਿਹਾ ਜਾ ਰਿਹਾ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾਵੇਗਾ। ਕੈਮਰਾਮੈਨ ਪੰਕਜ ਦੇ ਨਾਲ ਰਾਜ ਗੁਪਤਾ, ਜਲੰਧਰ। ਵੀ ਜੱਸੀ ਨੂੰ ਵਾਲੀ ਟੋਪੀ ਜਾਦੀ ਵਾਲਾ ਫੜ ਲੈ ਲਾ, ਆਹ ਦਸਤਾਨੇ ਕਹਦੇ ਕੁਦਰ ਪੀਜੇ ਨੂੰ ਆਹ ਵੀ ਲੈ ਲਓ। ਮੈਂ ਕਹਿੰਦਾ ਕੋਈ ਸ਼ਰਮ ਕਰੋ, ਤੁਹਾਡੇ ਵਰਗਾ ਬੇਵਕੂ ਬੰਦਾ ਦੁਨੀਆ ਦੇ ਵਿੱਚ ਨਹੀਂ ਹੈਗਾ। ਤੁਸੀਂ ਸ਼ਰਮ ਲਾ ਕੇ ਵੇਚ ਲਈ ਆ ਜਸਵੀਰ ਜੱਸੀ, ਤੂੰ ਰੱਬ ਨੂੰ ਚੈਲੰਜ ਕੀਤਾ ਵਾ, ਰੱਬ ਤੈਨੂੰ ਕਦੇ ਮਾਫ਼ ਨਹੀਂ ਕਰੂਗਾ, ਮਾਫ਼ੀ ਮੰਗ ਲਾ ਜੇ ਚੰਗਾ ਚਾਹੁੰਦਾ ਤੇ, ਕਿਉਂਕਿ ਇੱਥੇ ਤੇ ਨਹੀਂ ਹੋਣੇ ਨਬੇੜੇ। ਆਹ ਵੇਖੋ ਆਹ ਮੇਰੀ ਜੁੱਤੀ ਆ, ਆਹ ਉਹਨਾਂ ਦੇ ਸਿਰ 'ਚ ਆ, ਜੇ ਨਾ ਮਾਫ਼ੀ ਮੰਗੂਗੇ ਇੱਦਾਂ ਤਾਂ ਕਹੋਗੇ ਜਨਤਾ ਜੁੱਤੀਆਂ, ਇੱਦਾਂ ਤਾਂ ਜਨਤਾ ਸਾਰੀ ਜੁੱਤੀਆਂ ਮਾਰੂ, ਤੁਹਾਡੇ ਪੁਤਲੇ ਵੀ ਸਾੜੂਗੇ, ਅੱਜ ਨਹੀਂ ਤੇ ਕੱਲ੍ਹ ਸਹੀ। ਦੇਖੋ ਤੁਹਾਡੇ ਪੁਤਲੇ ਜੋ ਸੜੂਗੇ ਭਾਜੀ, ਤੁਹਾਨੂੰ ਕਹਿ ਦਿੱਤਾ ਜਾਓ, ਜੇ ਨਾ ਸੜੂਗਾ ਫਿਰ ਮੇਰੇ ਨਾਲ ਗੱਲ ਕਰਿਓ, ਮੇਰੇ ਦਸਤਾਨੇ ਦੇ ਦਿਓ, ਉਹਨਾਂ ਨੂੰ ਦਾਨ ਕੀਤੇ ਆ। ਮੈਂ ਵੇਖ ਕਿੱਦਾਂ ਵੱਡਾ ਦਾਨੀ ਹੈ, ਮੈਂ ਕਹਿੰਦਾ ਨੀ ਕਦੀ ਮੈਂ ਜਰਾਬਾਂ ਦਾ ਲੰਗਰ ਲਾਇਆ ਸੀ, ਮੈਂ ਦੱਸਿਆ ਨੀ ਕਹਿੰਦਾ ਮੈਂ ਜਰਾਬਾਂ ਲੰਗਰ ਲਾਇਆ, ਪਰ ਅੱਜ ਜਸਵੀਰ ਜੱਸੀ ਟੋਪੀ ਲੈ ਜੇ, ਬਟ ਕੂਲਰ ਵਾਲਾ ਕੂਲਰ ਪੀਜ਼ਾ ਵਾਲੇ ਆਹ ਦਸਤਾਨੇ ਲੈ ਜਾਓ, ਜਾਓ ਦੁੱਬ ਮਾਰ ਜਾਓ, ਤੁਸੀਂ ਤੁਹਾਡਾ ਕੁਛ ਨਹੀਂ ਰਹਿਣਾ, ਜਾਓ।